ਸਾਡੇ ਮਾਨਯੋਗ SSP ਸ੍ਰੀ ਹਰੀਸ਼ ਦੇ ਮਾਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ SPD ਅਤੇ SPCT ਦੀ ਹਦਾਇਤਾਂ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ, ਉਹਦੇ ਵਿੱਚ ਅਸੀਂ ਸਲਾਤੀਆ ਨਸੀਲ ਨੂੰ ਗ੍ਰਿਫਤਾਰ ਕੀਤਾ, ਜਿਹਦੇ ਕੋਲੋਂ ਸਾਨੂੰ 2 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਹੋਈ ਹੈ ਅਤੇ ਹੋਰ ਵੀ ਬਰਾਮਦਗੀਆਂ ਹੁਣ ਵੀ ਰਿਮਾਂਡ 'ਤੇ ਲੈ ਕੇ ਕਰਾਂਗੇ, ਜਿਹਤੇ ਪਹਿਲਾਂ ਵੀ 4 ਮੁਕਦਮੇ ਦਰਜ ਨੇ, ਸਿਟੀ ਦੇ ਵਿੱਚ ਨੇ ਜੀ, ਕੁਛ ਦਰਾਂਗੇ ਦੇ ਵਿੱਚ ਨੇ ਜੀ, ਅਤੇ ਮੋਸਟ ਹਾਰਟ ਰੋਡ ਕ੍ਰਿਮੀਨਲ ਆ ਜੀ, ਚੋਰੀ 387B 2558 ਮੁਕਦਮਾ ਇੱਥੇ ਦਰਜ ਹੈ ਜੀ। ਹਾਂਜੀ, ਹੁਣ ਰਿਮਾਂਡ 'ਤੇ ਲਵਾਂਗੇ ਜੀ, ਅਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਥ ਅਤੇ ਉਹ ਤੁਹਾਡੇ ਸਾਹਮਣੇ ਫਿਰ ਤੁਹਾਨੂੰ ਦੱਸਾਂਗੇ ਜੀ। ਬੈਕਗਰਾਊਂਡ ਕੀ ਹੈਗਾ, ਕਿੱਥੋਂ ਜੀ? ਮੁਸਤਫਾਬਾਦ ਪਿੰਡ ਹੈਗਾ, ਮੁਸਤਫਾ ਜੱਟਾਂ ਦਾ ਰਹਿਣ ਵਾਲਾ ਵਾ, ਪਹਿਲਾਂ ਵੀ ਇੱਥੇ ਸਿਟੀ ਦੇ ਵਿੱਚ ਇੱਥੇ ਮੁਕਦਮਾ ਦਰਜ ਹੈ ਜੀ ਚੋਰੀ ਦਾ। ਚੋਰੀ ਦੀ ਲੁੱਟਾਂ ਪਹੁੰਚਾ ਹੋਰ ਹੈਗਾ? ਹਾਂ, 25-56 ਦਾ ਵੀ ਹੈਗਾ ਜੀ ਇੱਥੇ ਦਾ ਮੁਕਦਮਾ ਦਰਜ। FI ਨੰਬਰ 22 ਹੋਈ ਹੈ ਦਰਜ, ਜਿਹਦੇ ਵਿੱਚ ਗਗਨਦੀਪ ਸੋਨੂ ਮਹਾਜਨ ਹੈ ਜੀ, ਠੀਕ ਹੈ ਜੀ, ਇਹ ਰਹਿਣ ਵਾਲਾ ਵਾ ਸ਼ਿਮਲਾਪੁਰੀ ਲੁਧਿਆਣਾ ਦਾ ਜੀ, ਜਿੱਥੇ ਪਹਿਲਾਂ ਵੀ ਮੁਕਦਮੇ ਦਰਜ ਨੇ, ਜਿਸ ਤੋਂ ਜਦੋਂ ਅਸੀਂ ਨਾਕਾ ਲਗਾਇਆ ਜਿੱਥੇ ਰਾਣਾ ਸ਼ਾਲਾ ਤਰਫ ਤੋਂ ਆ ਰਿਹਾ ਸੀ, ਜਿਹਦੇ ਕੋਲੋਂ ਅਸੀਂ ਜਦੋਂ ਚਿੱਟੇ ਰੰਗ ਅਤੇ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਆ ਜੀ ਚੈੱਕ ਕੀਤੀ, ਜਿਸ ਦੇ ਵਿੱਚੋਂ 60 ਬੋਤਲਾਂ ਕਾਲਾ ਅੰਗੂਰ, 12 ਬੋਤਲਾਂ ਪੰਜਾਬ ਲੈਂਡ ਲਾਟ ਰੰਮ ਗੱਡੀ ਦੀ ਡਿੱਕੀ ਵਿੱਚੋਂ, 108 ਬੋਤਲਾਂ ਪੰਜਾਬ ਬਲੈਕ ਹੌਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ। ਕਿੱਥੋਂ ਆ ਰਿਹਾ ਸੀ ਤਾਂ ਇਹ? ਹੁਣ ਪੁਰਾਣਾ ਸਾਹਿਬ ਸਾਈਡ ਤੋਂ ਆਏ ਸੀ, ਪਰ ਹੁਣ ਪੁੱਛਗਿੱਛ ਰਿਮਾਂਡ 'ਤੇ ਲਵਾਂਗੇ ਜੀ, ਕਹਿੰਦਾ ਮੈਂ ਅੰਮ੍ਰਿਤਸਰ ਤੋਂ ਲਿਆਂਦੀ ਆ, ਤਾਂ ਰਿਮਾਂਡ ਤੋਂ ਬਾਅਦ ਦੱਸਾਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਅਤੇ ਕਿੱਥੇ ਇਹਨੇ ਪਹੁੰਚਾਉਣੀ ਸੀ ਜੀ। ਸ਼ਰਾਬ ਦੇ ਮੁਕਦਮੇ ਚੋਰੀ ਦੇ ਮੁਕਦਮੇ ਦਰਜ ਨੇ ਜੀ ਇੱਥੇ, 387B 2411 ਦੇ ਮੁਕਦਮੇ ਦਰਜ ਨੇ ਇੱਥੇ ਜੀ, ਪਹਿਲਾਂ ਲੁਧਿਆਣੇ ਦੇ ਵਿੱਚ ਨੇ ਜੀ, ਦਰਾਂਗਲੇ ਦੇ ਵਿੱਚ ਨੇ ਜੀ, ਸ਼ਾਹਪੁਰ ਕੰਢੀ ਦਰਜ ਨੇ ਜੀ, ਇਹਦੇ ਟੋਟਲ 8 ਮੁਕਦਮੇ ਦਰਜ ਨੇ ਪਹਿਲਾਂ ਜੀ। ਇਹਦੇ ਖਿਲਾਫ਼ ਜੀ ਹੁਣ ਅਸੀਂ 61-14-78-2-420 ਐਕਟ ਲਾ ਕੇ ਤਾਂ ਮੁਕਦਮਾ ਦਰਜ ਕੀਤਾ ਜੀ। ਜੀ ਇਹ ਮਾਨਯੋਗ SSP ਸ੍ਰੀ ਹਰੀਸ਼ ਦੇ ਮਾਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ SPD ਅਤੇ SPCT ਦੀ ਹਦਾਇਤਾਂ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ, ਉਹਦੇ ਵਿੱਚ ਅਸੀਂ ਸਲਾਤੀਆ ਨਸੀਲ ਨੂੰ ਗ੍ਰਿਫਤਾਰ ਕੀਤਾ, ਜਿਹਦੇ ਕੋਲੋਂ ਸਾਨੂੰ 2 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਹੋਈ ਹੈ ਅਤੇ ਹੋਰ ਵੀ ਬਰਾਮਦਗੀਆਂ ਹੁਣ ਵੀ ਰਿਮਾਂਡ 'ਤੇ ਲੈ ਕੇ ਕਰਾਂਗੇ, ਜਿਹਤੇ ਪਹਿਲਾਂ ਵੀ 4 ਮੁਕਦਮੇ ਦਰਜ ਨੇ, ਸਿਟੀ ਦੇ ਵਿੱਚ ਨੇ ਜੀ, ਕੁਛ ਦਰਾਂਗੇ ਦੇ ਵਿੱਚ ਨੇ ਜੀ, ਅਤੇ ਮੋਸਟ ਹਾਰਟ ਰੋਡ ਕ੍ਰਿਮੀਨਲ ਆ ਜੀ, ਚੋਰੀ 387B 2558 ਮੁਕਦਮਾ ਇੱਥੇ ਦਰਜ ਹੈ ਜੀ। ਹਾਂਜੀ, ਹੁਣ ਰਿਮਾਂਡ 'ਤੇ ਲਵਾਂਗੇ ਜੀ, ਅਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਥ ਅਤੇ ਉਹ ਤੁਹਾਡੇ ਸਾਹਮਣੇ ਫਿਰ ਤੁਹਾਨੂੰ ਦੱਸਾਂਗੇ ਜੀ। ਬੈਕਗਰਾਊਂਡ ਕੀ ਹੈਗਾ, ਕਿੱਥੋਂ? ਮੁਸਤਫਾਬਾਦ ਪਿੰਡ ਹੈਗਾ, ਮੁਸਤਫਾ ਜੱਟਾਂ ਦਾ ਰਹਿਣ ਵਾਲਾ ਵਾ, ਪਹਿਲਾਂ ਵੀ ਇੱਥੇ ਸਿਟੀ ਦੇ ਵਿੱਚ ਇੱਥੇ ਮੁਕਦਮਾ ਦਰਜ ਹੈ ਜੀ ਚੋਰੀ ਦਾ। ਚੋਰੀ ਦੀ ਲੁੱਟਾਂ ਪਹੁੰਚਾ ਹੋਰ ਹੈਗਾ? ਹਾਂ, 25-56 ਦਾ ਵੀ ਹੈਗਾ ਜੀ ਇੱਥੇ ਦਾ ਮੁਕਦਮਾ ਦਰਜ। FI ਨੰਬਰ 22 ਹੋਈ ਹੈ ਦਰਜ, ਜਿਹਦੇ ਵਿੱਚ ਗਗਨਦੀਪ ਸੋਨੂ ਮਹਾਜਨ ਹੈ ਜੀ, ਠੀਕ ਹੈ ਜੀ, ਇਹ ਰਹਿਣ ਵਾਲਾ ਵਾ ਸ਼ਿਮਲਾਪੁਰੀ ਲੁਧਿਆਣਾ ਦਾ ਜੀ, ਜਿੱਥੇ ਪਹਿਲਾਂ ਵੀ ਮੁਕਦਮੇ ਦਰਜ ਨੇ, ਜਿਸ ਤੋਂ ਜਦੋਂ ਅਸੀਂ ਨਾਕਾ ਲਗਾਇਆ ਜਿੱਥੇ ਰਾਣਾ ਸ਼ਾਲਾ ਤਰਫ ਤੋਂ ਆ ਰਿਹਾ ਸੀ, ਜਿਹਦੇ ਕੋਲੋਂ ਅਸੀਂ ਜਦੋਂ ਰੰਗ ਅਤੇ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਆ ਜੀ ਚੈੱਕ ਕੀਤੀ, ਜਿਸ ਦੇ ਵਿੱਚੋਂ 60 ਬੋਤਲਾਂ ਕਾਲਾ ਅੰਗੂਰ, 12 ਬੋਤਲਾਂ ਪੰਜਾਬ ਲੈਂਡ ਲਾਟ ਰੰਮ ਗੱਡੀ ਦੀ ਡਿੱਕੀ ਵਿੱਚੋਂ, 108 ਬੋਤਲਾਂ ਪੰਜਾਬ ਬਲੈਕ ਹੌਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ। ਕਿੱਥੋਂ ਆ ਰਿਹਾ ਸੀ ਤਾਂ? ਇਹ ਹੁਣ ਪੁਰਾਣਾ ਸਾਹਿਬ ਸਾਈਡ ਤੋਂ ਆਏ ਸੀ, ਪਰ ਹੁਣ ਪੁੱਛਗਿੱਛ ਰਿਮਾਂਡ 'ਤੇ ਲਵਾਂਗੇ ਜੀ, ਕਹਿੰਦਾ ਮੈਂ ਅੰਮ੍ਰਿਤਸਰ ਤੋਂ ਲਿਆਂਦੀ ਆ, ਤਾਂ ਰਿਮਾਂਡ ਤੋਂ ਬਾਅਦ ਦੱਸਾਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਅਤੇ ਕਿੱਥੇ ਇਹਨੇ ਪਹੁੰਚਾਉਣੀ ਸੀ ਜੀ। ਸ਼ਰਾਬ ਦੇ ਮੁਕਦਮੇ ਚੋਰੀ ਦੇ ਮੁਕਦਮੇ ਦਰਜ ਨੇ ਜੀ ਇੱਥੇ, 387B 2411 ਦੇ ਮੁਕਦਮੇ ਦਰਜ ਨੇ ਇੱਥੇ ਜੀ, ਪਹਿਲਾਂ ਲੁਧਿਆਣੇ ਦੇ ਵਿੱਚ ਨੇ ਜੀ, ਦਰਾਂਗਲੇ ਦੇ ਵਿੱਚ ਨੇ ਜੀ, ਸ਼ਾਹਪੁਰ ਕੰਢੀ ਦਰਜ ਨੇ ਜੀ, ਇਹਦੇ ਟੋਟਲ 8 ਮੁਕਦਮੇ ਦਰਜ ਨੇ ਪਹਿਲਾਂ ਜੀ। ਇਹਦੇ ਖਿਲਾਫ਼ ਜੀ ਹੁਣ ਅਸੀਂ 61-14-78-2420 ਐਕਟ ਲਾ ਕੇ ਤਾਂ ਮੁਕਦਮਾ ਦਰਜ ਕੀਤਾ ਜੀ।